ਅੱਜ ਦੀ ਅੱਤਿ ਗੱਲ ਜੀ ਸਾਰਿਆਂ ਨੂੰ ਤੁਸੀਂ ਸੁਣੋ ਜੀ ਕੁਲਵੀਰ ਸਿੰਘ ਦੇ ਨਾਲ ਆਪਣਾ ਚੈਨਲ ਤੁਹਾਡਾ ਆਪਣਾ ਚੈਨਲ ਇਦਾ ਪੰਜਾਬੀ ਸਬਸਕ੍ਰਾਈਬ ਜਰੂਰ ਕਰਿਓ ਜੀ ਅੱਜ ਅੱਤਿ ਗੱਲ ਜੀ ਸਾਰਿਆਂ ਨੂੰ ਅੱਜ ਦੀਆਂ ਖਬਰਾਂ ਵਿੱਚ ਅਸੀਂ ਗੱਲ ਕਰਾਂਗੇ ਜੀ ਜੇਕਰ ਕਿਸੇ ਦਾ ਬੱਚਾ ਸਕੂਲ ਵਿੱਚ ਖੇਡਣਾ ਚਾਹੁੰਦਾ ਸਪੋਰਟ ਕੋਈ ਕਰਨਾ ਚਾਹੁੰਦਾ ਉਹ ਉਹਦੇ ਲਈ ਰਜੋ ਨੇ ਲੰਬਰ ਦੀ ਆ ਪਰਵਾਰਾਂ ਦੀ ਹੈਲਪ ਕਰਦਾ ਜੀ ਤੇ ਕਿਸ ਤਰ੍ਹਾਂ ਹੋਇਆ 8000 ਦੀਆਂ ਜਿਹੜੀਆਂ ਡੁਪਲੀਕੇਟ ਸਜੋਰ ਨੂੰ ਅਸੀਂ ਉਹਨਾਂ ਦਾ ਫੜਤਾ ਫਾਸ ਐਮੀਲੀ ਰੋਮਾਨੀਆ ਦੇ ਵਿੱਚ ਜਿਹੜੇ ਇਲੈਕਸ਼ਨ ਹੋਣੇ 2020 ਦੇ ਵਿੱਚ ਉਹ ਆਪਣਾ ਪੋਲਿੰਗ ਸਿਸਟਮ ਇਸ ਟਾਈਮ ਮੀਡੀਆ ਵਾਲ ਨੇ ਕੀਤਾ ਉਹ ਕੀ ਕਹਿ ਰਹੇ ਨੇ ਤਾਸਾ ਰਿਫਿਊ ਤੇ ਜਿਹੜਾ ਗੰਦ ਦਾ ਤਾਸਾ ਕਹਿ ਸਕਦੇ ਜਿਹੜਾ ਸੀ ਕੂੜਾ ਹਾਂਜੀ ਕੂੜਾ ਕਰਕਟ ਦਾ ਤਾਸਾ ਹੁੰਦਾ ਫਿਰ ਉਹਨਾਂ ਵਿੱਚ ਹੈਗਾ तकरीबन ਸਭ ਤੋਂ ਸਸਤਾ ਇਦਾਂ ਦੀਆਂ ਹੋਰ ਵੀ ਖਬਰਾਂ ਤੇ ਸਾਡੀਆਂ ਖਬਰਾਂ ਹੋਰ ਵੀ ਹੈਗੀਆਂ ਨੇ ਸਾਰੀਆਂ तकरीबन ਤੌਰ ਤੱਕ ਸੋਣਯੋ ਜੀ ਤੇ ਹਾਂਜੀ ਕੁਝ ਹੋ ਸਕਦਾ ਅੱਜ ਕੁਝ ਇਦਾਂ ਦੀ ਖਬਰ ਵੀ ਹੋਵੇ ਕਦੋਂ ਇਦਾਂ ਦੀਆਂ ਖਬਰਾਂ ਵੀ ਹੋਣ ਜਿਨ੍ਹਾਂ ਨੂੰ ਕਿਸੇ ਦਾ ਮਨ ਉਦਾਸ ਹੋ ਜਾਏ ਤਾਂ ਇਸ ਕਰਕੇ ਖਬਰਾਂ ਥੋੜੀ ਜਿਹੀ ਦਿਲ ਵੱਡਾ ਕਰਕੇ ਜਰੂਰ ਸੁਣਿਓ ਜੀ ਕਿਉਂਕਿ ਸਾਡਾ ਕੰਮ ਖਬਰਾਂ ਤੁਹਾਡੇ ਤੱਕ ਪਹੁੰਚਾਣਾ ਜੀ ਚੱਲਦੇ ਅੱਜ ਦੀਆਂ ਖ਼ਬਰਾਂ ਵੱਲ ਤੁਸੀਂ ਸਾਰੇ ਕੁਲਜੀਤ ਸਿੰਘ ਦੇ ਨਾਲ ਇਟਾਲੀਅਨ ਖ਼ਬਰਾਂ ਪੰਜਾਬੀ ਦੇ ਵਿੱਚ ਜੀ ਸਭ ਤੋਂ ਪਹਿਲੀ ਖ਼ਬਰ ਜੀ ਅਸੀਂ ਦੋ ਤੇ ਸਪੋਰਟ ਵਾਲੀ ਗੱਲ ਕਰਦੇ ਹਾਂ ਜੋ ਕਿ ਸਾਡੀ ਵੈਬਸਾਈਟ ਇਦਾ ਪੰਜਾਬੀ ਆਈਟੀਆ ਪੰਜਾਬੀ ਉੱਤੇ ਵੀ ਜਾ ਕੇ ਤੁਸੀਂ ਪੜ੍ਹ ਸਕਦੇ ਹੋ ਜੀ ਜੇਕਰ ਤੁਸੀਂ ਆਪਣਾ ਲੋਮਬਰਦੀਆ ਦੇ ਪ੍ਰੋਵਿੰਸੇ ਵਿੱਚ ਲੋਮਬਰਦੀਆ ਦੇ ਕਿਸੇ ਜ਼ਿਲ੍ਹੇ ਦੇ ਵਿੱਚ ਰਹਿ ਰਹੇ ਹੋ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ ਹੈ ਉਹ ਕਿਸ ਹਿਸਾਬ ਨਾਲ ਖੁਸ਼ਖਬਰੀ ਹੈ ਕਿ ਜਿਹੜੀ ਲੋਮਬਰਦੀਆ ਦਾ ਜਿਹੜੀ ਸਟੇਟ ਹੈ ਉਹ 50 ਤੋਂ 200 ਯਰੋ ਤੱਕ ਦੇ ਰਹੀ ਹੈ ਜੇਕਰ ਤੁਹਾਡਾ ਬੱਚਾ ਕੋਈ ਸਪੋਰਟ ਕਰਨਾ ਚਾਹੁੰਦਾ ਤੇ ਅਗਰ ਜੇ ਤੁਹਾਡੇ ਕੋਲ ਇੱਕ ਬੱਚਾ ਹੈ ਤਾਂ ਫਿਰ ਤੁਹਾਨੂੰ ਤੁਸੀਂ ਇੱਕ ਵਾਰ ਯੂਜ਼ ਕਰ ਸਕਦੇ ਆਂ ਸਾਲ ਦੇ ਵਿੱਚ ਜੇ ਦੋ ਬੱਚੇ ਆ ਤਾਂ ਦੋ ਵਾਰ ਯੂਜ਼ ਕਰ ਸਕਦੇ ਆਂ ਜੇਕਰ ਕੋਈ ਬੱਚਾ ਦਿਵਰਸਾ ਮੈਂ ਤੇ ਆਬੀਲੇ ਹੋਵੇ ਕਿਸੇ ਵੀ ਸਰਕਾਰ ਦਾ ਉਹਨੂੰ ਹੈਂਡੀਕੈਪਡ ਹੋਵੇ ਆਯੋਗ ਹੋਵੇ ਤਾਂ ਉਹ ਜਿੰਨੀ ਵਾਰ ਮਰਜ਼ੀ ਯੂਜ਼ ਕਰ ਸਕਦਾ ਇਹ ਜਿਹੜਾ ਦੋ ਤੇ სპੋਰਟ ਇਹਦੇ ਲਈ ਤਕਰੀਬਨ ਘੱਟ ਤੋਂ ਘੱਟ ਤੁਹਾਨੂੰ ਰਹਿਣ ਦੇ ਨੂੰ 5 ਸਾਲ ਹੋ ਗਏ ਹੋਣੇ ਚਾਹੀਦੇ ਜੀ ਲੂੰਬਰਦੀਏ ਦੇ ਵਿੱਚ ਤੇ ਜਿਹੜੀ ਈਜ਼ੀਅਤ तकरीबन 20 ਕੁ ਹਜ਼ਾਰ ਤੱਕ ਹੋਣੀ ਚਾਹੀਦੀ ਆ ਜੇ ਕੋਈ ਬੱਚਾ ਘਰ ਵਿੱਚ ਹੈਂਡੀਕੈਪਟ ਜਾਂ ਫਿਰ ਦੀ ਅਬਿਲਿਟੀ ਅਬਿਲਿਜੈਂਸ ਕਿਹਾ ਜਾਂਦਾ ਨੇ ਉਹ ਆ ਤਾਂ ਫਿਰ ਜਿਹੜੀ ਈਜ਼ੀਅਰ ਜ਼ਿਆਦਾ ਤੋਂ ਜ਼ਿਆਦਾ 30 ਹਜ਼ਾਰ ਰੁਪਏ ਤੱਕ ਹੋਣ ਜਾਈਦੀ ਆ ਬਾਕੀ ਅਸੀਂ ਆਪਣਾ ਡਿਸਕਰੀਪਸ਼ਨ ਉਹਦੇ ਵਿੱਚ ਲਿੰਕ ਆਪਣੀ ਵੈਬਸਾਈਟ ਦਾ ਤੁਹਾਨੂੰ ਜ਼ਰੂਰ ਦਵਾਂਗੇ eta punjabi.com ਉੱਤੇ ਜਾ ਕੇ ਜਿੱਥੇ ਤੁਸੀਂ ਪੜ੍ਹ ਸਕਦੇ ਆ ਪੂਰਾ ਫੁੱਲ ਆਰਟੀਕਲ ਆ ਜੀ ਤੇ ਬਾਕੀ ਸਾਰੀ ਇਨਫੋਰਮੇਸ਼ਨ ਤੁਹਾਨੂੰ ਉਹਦੇ ਤੋਂ ਮਿਲ ਜਣੀ ਆ ਤੇ ਆਪਾਂ ਅਗਲੇ ਖਬਰਾਂ ਚੱਲਦੇ ਆ ਜੀ ਤਕਰੀਬਨ ਲਾਸਟਲੇ 2 ਸਾਲਾਂ ਦੇ ਵਿੱਚ ਜਿੰਨੇ ਵੀ ਛਾਪੇ ਪਏ ਆ ਜੀ ਇਸ ਟਾਈਮ ਜਿਹੜੀਆਂ ਖਬਰ ਜਿਹੜਾ ਡਾਟਾ ਸਾਹਮਣੇ ਆਇਆ ਉਹਦੇ ਵਿੱਚ ਕਾਪੂਰ ਰਲਾਤੋ ਉੱਤੇ ਕਾਪੂਰ ਰਲਾਤੋ ਉੱਤੇ ਵੀ ਬੰਦਿਆਂ ਦਾ ਉੱਤੇ ਅ ਗਲਤ ਤਰੀਕੇ ਨਾਲ ਕੰਮ ਲਏ ਜਾ ਰਹੇ ਨੇ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਜਾ ਰਹੇ ਜਾਂ ਫਿਰ ਉਹਨਾਂ ਦੀ ਜਿਹੜੀ ਰੈਂਟ ਸੈਨ ਦੀਆਂ ਕੰਡੀਸ਼ਨਾਂ ਉਹ ਸਹੀ ਨਹੀਂ ਹੈ ਕਿ 1 ਕਰੋੜ ਰੁਪਏ ਘੰਟਾ 2 ਰੁਪਏ ਘੰਟੇ ਜਾਂ ਫਿਰ 3 ਕਰੋੜ ਘੰਟੇ ਦੇ ਸਾਹਮਣੇ ਜਿਹੜੇ ਬੰਦੇ ਤੋਂ ਕੰਮ ਕਰਾ ਰਹੇ ਆ ਲਾਸਟਲੇ 2 ਸਾਲਾਂ ਦੇ ਵਿੱਚ 3000 ਮਜ਼ਦੂਰ ਫੜੇ ਗਏ ਨੇ ਫੜ ਚੈੱਕ ਕੀਤੇ ਗਏ ਨੇ ਜਿਨ੍ਹਾਂ ਦੇ ਨਾਲ ਇਦਾਂ ਦੀਆਂ ਘਟਨਾਵਾਂ ਵਾਪਰ ਰਹੀ ਹੈ ਤੇ ਤਕਰੀਬਨ ਇਹ ਜੋ ਇਟਲੀ ਦੇ ਵਿੱਚ ਅਗਰ ਦੇਖਿਆ ਜਾਵੇ ਸਾਊਥ ਦੀ ਏਰੀਆ ਵਿੱਚ ਸਭ ਤੋਂ ਜ਼ਿਆਦਾ ਹੈ ਜੇ ਨੌਰਥ ਦੇ ਏਰੀਆ ਵਿੱਚ ਤਕਰੀਬਨ ਥੋੜਾ ਜਿਹਾ ਘੱਟਾ ਜੇ 100 ਦੇ ਵਿੱਚੋਂ ਦੇਖਿਆ ਜਾਵੇ ਤਾਂ 60% ਆਪਾਂ ਥੱਲੇ ਕਹਿ ਸਕਦੇ ਹਾਂ ਤੇ ਤਕਰੀਬਨ 40% ਆਪਾਂ ਉੱਤਲੀ ਸਾਈਡ ਰੱਖ ਸਕਦੇ ਹਾਂ ਕਿ ਉੱਤੇ ਇਦਾਂ ਤੇ ਇਹਦੇ ਵਿੱਚ ਦੇਖਿਆ ਜਾਵੇ ਤਾਂ ਸਿਰਫ ਇੱਕ ਹੀ ਨੈਸ਼ਨੈਲਟੀ ਦੇ ਬੰਦੇ ਨਹੀਂ ਜਿਹੜੇ ਫੜੇ ਗਏ ਸਾਨੂੰ ਸਾਰਿਆਂ ਨੂੰ ਪਤਾ ਫਿਰ ਨੈਸ਼ਨੈਲਟੀਆਂ तकरीबन ਸਾਰੀਆਂ ਦੇ ਉੱਤੇ ਹੀ ਕੰਮ ਹੁੰਦੇ ਆ 2 ਰੁਪਏ ਘੰਟਾ 2.5 ਰੋ ਘੰਟਾ ਜਿਆਦਾਤਰ ਇਹ ਖੇਤੀਬਾੜੀ ਦੇ ਵਿੱਚ ਹੀ ਹੁੰਦਾ ਹੈ ਜੀ ਫਿਲਹਾਲ ਜਿੰਨੇ ਵੀ ਬੰਦੇ ਚੈੱਕ ਕੀਤੇ ਗਏ 3000 ਜਿਹੜੇ 2018 ਤੇ 2019 ਦੇ ਵਿੱਚ ਚੈੱਕ ਕੀਤੇ ਆ 344 ਇਟਾਲੀਅਨ ਸੀ ਇਹਨਾਂ ਦੇ ਵਿੱਚ 600 ਰੂਮੇਨੀ ਸੀ ਜਿਹੜੇ ਰੋਮਾਨੀਆ ਦੇ ਬੰਦੇ ਆ 500 ਪਾਕਿਸਤਾਨੀ 300 ਚੀਨੀ ਤੇ ਬੰਗਲਾਦੇਸ਼ੀ ਤੇ ਮਾਰੋਕੀਨੀ तकरीबन 200 ਸੀ ਇਹਨਾਂ ਦੇ ਵਿੱਚ ਇੰਡੀਅਨ ਦਾ ਨਾਮ ਨਹੀਂ ਆਇਆ ਇੰਡੀਅਨ ਦਾ ਨਾਮ ਇਸ ਕਰਕੇ ਨਹੀਂ ਆਇਆ ਕਿਉਂਕਿ ਇਸ ਡਾਟਾ ਦੇ ਵਿੱਚ ਹੋ ਸਕਦਾ ਇੰਡੀਅਨ ਬਹੁਤ ਘੱਟ ਹੋਣ ਨਾਮ ਨਾ ਅੰਡਾ ਕਰਨ ਇਹ ਹੈ ਕਿ ਆਪਣੀ ਇੰਡੀਅਨ ਬੰਦੇ ਬਹੁਤ ਘਟ ਫੜ ਹੁੰਦੇ ਆ ਤੇ ਪਰ ਜੇ ਦੇਖਿਆ ਜਾਵੇ ਤਾਂ ਸਭ ਤੋਂ ਜ਼ਿਆਦਾ ਆਪਣੀ ਇੰਡੀਅਨ ਬੰਦੇ ਵੀ ਸੁਰਤਾ ਸੁਰਤਾ ਮਿੰਤ ਦਾ ਸ਼ਿਕਾਰ ਹੋਏ ਆ ਹੁਣ ਵੀ ਬਹੁਤ ਸਾਰੇ ਬੰਦੇ ਮੈਂ ਦੇਖਦਾ ਜਿਹੜੇ 25 ਰੁਪਏ 20 ਰੁਪਏ ਦਿਹਾੜੀ ਤੇ ਕੰਮ ਕਰਦੇ ਜਾਂ ਫਿਰ ਦੋ ਵੈਰੋ ਢਾਈਰ ਉਹਦੇ ਹਿਸਾਬ ਨਾਲ ਕੰਮ ਕਰਦੇ ਆ ਉਹ ਵੀ ਇਸ ਕੈਟਾਗਰੀ ਦੇ ਵਿੱਚ ਆਉਂਦੇ ਆ ਪਰ ਹੌਲੀ ਹੌਲੀ ਸ਼ਾਇਦ ਉਹਨਾਂ ਦੇ ਨਾਮ ਵੀ ਜੁੜ ਜੂਗੇ ਤੇ ਬਾਕੀ ਜਿਹੜੀ ਇਹ TGcom ਜਿਹੜੀ ਵੈਬਸਾਈਟ ਆ ਉਹ ਜਿਹੜੇ ਆਪਣੇ ਇਟਲੀ ਦੀ ਕਾਰਾਵਿੰਜਰੀਆ ਜਾਂ ਫਿਰ ਇਸਪੈਟ ਤੁਰਾਤ ਦੀ ਲੋਵੋਰ ਉਹਨਾਂ ਦੇ ਬਹੁਤ ਵਧੀਆ ਕੰਮ ਨੂੰ ਬਹੁਤ ਹੀ ਉਹਨਾਂ ਨੂੰ ਕੰਪਲੀਮੈਂਟ ਕਰਦੇ ਆ ਜੀ ਕਿ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਬਰੀਸ਼ ਏਰੀਆ ਦੇ ਵਿੱਚ ਦੇਖੀ ਬਰੀਸ਼ ਜਾਂ ਮਾਂਤਵਾ 베로나 ਇਨਾ ਏਰੀਆ ਦੇ ਵਿੱਚ ਦੇਖਿਆ ਜਾਵੇ ਤਾਂ ਹੁਣ ਜਿਹੜਾ 2 ਨੰਬਰੀ ਕੰਮ ਆ ਕਾਫੀ ਘਟ ਗਿਆ ਹਾਂਜੀ ਕੰਮ ਹੁੰਦੇ ਆ ਪਰ ਪਹਿਲਾਂ ਨਾਲੋਂ ਬਹੁਤ ਘਟ ਗਿਆ ਜੀ ਜਿਹੜੇ ਮਾਲਕ ਨੇ ਮਾਲਕ ਵੀ ਹੁਣ ਡਰਨ ਲੱਗ ਗਏ ਨੇ ਇੱਥੇ ਨੇੜੇ-ਤੇੜੇ ਸਾਡੇ ਇੱਥੇ ਬਿੰਡਾਂ ਦੇ ਲੱਗੇ ਵੀ ਕੋਈ ਕੋਈ ਬੰਦਾ ਸੀ ਕੋਈ ਵੀ ਇਸ ਤਰ੍ਹਾਂ ਦਾ ਕੰਮ ਕਰਾਂਦਾ ਸੀ 2.5 ਰੁਪਏ ਬੰਦੇ ਨੂੰ ਕੰਮ ਦੇ ਦਿੰਦਾ ਸੀ ਹੁਣ ਉਹ ਵੀ ਰੇਟ ਸਾਨੂੰ ਬੰਦਿਆਂ ਤੋਂ ਪਤਾ ਲੱਗਾ ਬਹੁਤ ਸਹੀ ਦੇਣ ਲੱਪਿਆ ਕਿਉਂਕਿ ਉਹ ਸ਼ਾਪੇ ਤਕਰੀਬਨ ਸਾਰੇ ਪਾਸੇ ਵੱਜਦੇ ਸਭ ਤੋਂ ਜ਼ਿਆਦਾ ਖਤਰਨਾਕ ਅਗਰ ਇਸ ਪਾਸੇ ਦੇਖਿਆ ਜਾਵੇ ਤਾਂ ਮਾਨਤੋਬੇ ਵਾਲਾ ਏਰੀਆ ਬਰੀਸ਼ਾ ਤੇ ਮਾਨਤੋਬਾ ਬਰੀਸ਼ੇ ਦੇ ਵਿੱਚ ਬਰੀਸ਼ੇ ਵਿੱਚ ਅੰਗੂਰਾਂ ਵਾਲੇ ਜਿਹੜੇ ਅੰਗੂਰ ਕਟਾਉਂਦੇ ਸੀ ਇਹ ਬੰਦੇ ਫੜੇ ਗਏ ਸੀ ਤਕਰੀਬਨ ਲਾਸਟਲੇ ਸਾਲ ਵਿੱਚ ਹੁਣ ਕਾਫੀਆਂ ਨੂੰ ਜੇਲ੍ਹਾਂ ਹੋਈਆਂ ਕਾਫੀਆਂ ਦੇ ਕੋਲ ਨਾਗਦ ਵਿੱਚ ਕਾफी ਵੱਡੀ ਮਾਤਰਾ ਬਹੁਤ ਜ਼ਿਆਦਾ ਅਮਾਊਂਟ ਫੜਿਆ ਗਿਆ ਹੈ ਸਿਕਾ ਹੁਣ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦੇ ਸੀ ਨਾ ਕਿਸੇ ਫੈਕਟਰੀ ਦਾ ਨਾ ਕਿਸੇ ਬੰਦੇ ਦਾ ਤੇ ਹੁਣ ਜਿਹੜੀ ਇਦਾਂ ਕਿ ਥੋੜਾ ਜਿਹਾ ਫਰਕ ਪੈ ਗਿਆ ਜੀ ਜਿਹੜਾ 2 ਨੰਬਰ ਤੱਕ ਕੰਮ ਹੁੰਦਾ ਹੈ ਬਿਲਕੁਲ ਬੰਦ ਨਹੀਂ ਹੋਇਆ ਤੇ ਨਾ ਇਹ ਹੋਣਾ ਕਿਉਂਕਿ ਬੰਦ ਹੋਣਾ ਥੋੜਾ ਜਿਹਾ ਮੁਸ਼ਕਲ ਹੁੰਦਾ ਪਰ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਸੁਧਾਰ ਹੋ ਗਿਆ ਜੀ ਤਾਸਾ ਸੁਈ ਰਿਫਿਉ ਤੇ ਤਾਸਾ ਸੁਈ ਰਿਫਿਉ ਕੀ ਹੁੰਦੀ ਉਹ ਟੈਕਸ ਹੁੰਦਾ ਜੀ ਜਿਹੜਾ ਜਿੰਨਾ ਵੀ ਕੂੜਾ ਕਰਗਟ ਹੁੰਦਾ ਜਿਹੜਾ ਵੀ ਸਾਡੇ ਘਰਾਂ ਦਾ ਕਚਰਾ ਹੁੰਦਾ ਸੀ ਬਾਹਰ ਸਿੱਟਦੇ ਆ ਜਾਂ ਫਿਰ ਕਿਤੇ ਵੀ ਉਹ ਆ ਕੇ ਲੈ ਕੇ ਜਾਂਦੇ ਉਹਨਾਂ ਦਾ ਜੋ ਵੀ ਕੁਝ ਕਰਦੇ ਆ ਉਸ ਤੋਂ ਸਸਤਾ ਸੂਰੂਫੀਓ ਟਿਗੈਂਡਾ ਸਾਰੇ ਇਟਲੀ ਦੇ ਵਿੱਚ ਦੇਖਿਆ ਜਾਵੇ ਤਾਂ ਇਟਲੀ ਵਿੱਚ ਸਭ ਤੋਂ ਸਸਤਾ ਇਸ ਟਾਈਮ ਦੇ ਦੇਖਿਆ ਜਾਵੇ ਨਹੀਂ ਜਿਹੜੀ ਆਪਣੀ ਵੈਬਸਾਈਟ ਆ ਅਰੇਨਾ ਵਾਲਿਆਂ ਦੀ ਵੈਬਸਾਈਟ ਆ ਉਹਨਾਂ ਨੇ ਇਹ ਡਾਟਾ ਇੱਕ ਡਾਟਾਸ਼ੀਟ 'ਤੇ ਰੱਖੀ ਆ ਜੀ ਜਿੱਥੇ ਦੱਸਿਆ ਕਿ ਬੈਰੋਨਾ ਸਭ ਤੋਂ ਸਸਤਾ ਹੈ ਜੀ ਤੇ ਇਹਨਾਂ ਨੇ ਜਿਹੜੀ ਇਹ ਸਟੱਡੀ ਕੀਤੀ ਆ ਜੀ ਚਿਤਾ ਦਿਨਾਂਸ ਅਤੀ ਵਾਲਿਆਂ ਨੇ ਜਿਹੜੀ ਸਟੱਡੀ ਕੀਤੀ ਆ ਆਨਲਾਈਨ ਔਰ ਉਸ ਅਧੀਨ ਉਹਨਾਂ ਦੇ ਹਿਸਾਬ ਨਾਲ ਨਹੀਂ ਦੇਖੇ ਜਿਹੜੀ ਫੈਬਲਿਕ ਘੱਟ ਤੋਂ ਘੱਟ ਜਿਹਦੇ ਤਿੰਨ ਮੈਂਬਰ ਸੀਗੇ ਤੇ ਜਿਨ੍ਹਾਂ ਜਿਨ੍ਹਾਂ ਦਾ ਕਾਰ ਮੀਨੀਮ 100 ਮੀਟਰ ਸਕੁਅਰ ਦਾ ਹੈ ਉਸ ਤੋਂ ਜਿਹੜੇ ਥੱਲੇ ਆ ਉਹਨਾਂ ਦੀ ਹੀ ਗੱਲ ਹੋ ਰਹੀ ਫਿਲਹਾਲ ਮੀਨੀਮ ਤਿੰਨ ਬੰਦੇ ਤੇ 100 ਮੀਟਰ ਸਕੁਅਰ ਦਾ ਜਿਹੜਾ ਕਾਰ ਸੀ ਕਿਉਂਕਿ ਜ਼ਿਆਦਾਤਰ ਇਟਾਲੀਅਨਾਂ ਦੇ ਬੱਚਾ ਇੱਕ ਹੀ ਹੁੰਦਾ ਜ਼ਿਆਦਾਤਰ ਤੇ ਇਹਦੇ ਇਹਦੇ ਹਿਸਾਬ ਨਾਲ ਅਗਰ ਦੇਖਿਆ ਜਾਵੇ ਪਹਿਲਾ ਇਹ ਸਾਡਾ ਸਭ ਤੋਂ ਮਹਿੰਗੇ ਕਿਹੜੇ ਆ ਜੀ ਸਭ ਤੋਂ ਮਹਿੰਗਾ ਏਰੀਆ ਜੀ ਕਤਾਨੀਆਂ ਦੇ ਵਿੱਚ ਜਿੱਥੇ 10 ਸਾਂ ਸੂਈ ਦੀ ਕੀਮਤ 504 ਰੁਪਏ ਤੱਕ ਚੱਲ ਜਾਂਦਾ ਕਾਲਜਰੀ ਦੇ ਵਿੱਚ 490 ਤਰਾਪਨੀ ਦੇ ਵਿੱਚ 475 ਵੇਵੇਂ ਨੂੰ ਤੋਂ 471 75 ਦੇ ਘੱਟਾ ਥੋੜਾ ਫਰਕਾ ਸਲੇਰਨੋ ਵਿੱਚ 467 ਨਾਪੂਲੀ ਵਿੱਚ 455 ਰੇਜੋ ਕਲਾਵਰੀਆ ਵਿੱਚ 443 ਤੇ ਇੰਨੀ ਕਰਦੇ ਕਰਦੇ ਹੁਣ ਦੇਖਦੇ ਆ ਜਿਹੜੇ ਸਸਤੇ ਆ ਜੀ ਸਸਤੇ ਦੇਖਦੇ ਪੁਤੈਂਸਾ 121 ਯਰੋ ਤੇ ਉਦੀਨੇ ਦੇ ਵਿੱਚ 167 ਯਰੋ ਸਭ ਤੋਂ ਜਿਹੜਾ ਇੰਨੀ ਦੱਸਿਆ ਨਾ ਸਸਤੇ ਆ ਤੇ ਉਹਦੇ ਵਿੱਚ ਬੁਲਸਾਨੋ 191 ਯਰੋ ਤੇ ਵਰੋਨਾ ਦੇ ਵਿੱਚ 193 ਯਰੋ ਬਰੋਨਾ ਸਿਟੀ ਦੇ ਵਿੱਚ ਤੇ ਕਰਮੂਨੇ ਦੇ ਵਿੱਚ ਤਕਰੀਬਨ ਤਕਰੀਬਨ 195 ਹਜ਼ਾਰ ਰੁਪਏ ਦਾ ਹੈ ਖਰਚਾ ਆਉਂਦਾ ਜੀ ਤੇ ਇਸ ਸਮਾਂ ਦੇਖਿਆ ਜਾਵੇ ਇਹ ਨਹੀਂ ਦੱਸਿਆ ਵੀ ਕਿਹੜਾ ਏਰੀਆ ਕਿੱਥੇ ਆ ਜਿੱਥੇ ਬਹੁਤ ਘੱਟ ਜਿਹੜਾ ਆਪਣਾ ਤਾਸਾ ਸੂਰੀਫਿਊਤੀ ਆਉਂਦਾ ਤੇ ਇਹ ਵੀ ਇੱਕ ਚੋਲੇ ਇੱਕ ਇਨਫੋਰਮੇਸ਼ਨ ਸੀ ਖਬਰ ਸੀ ਜਿੱਥੇ ਸਾਨੂੰ ਦੱਸਿਆ ਗਿਆ ਖਬਰ ਦਾ ਟਾਈਟਲ ਇਹ ਸੀ ਕਿ ਬਰੋਨਾ ਉਹਨਾਂ ਹਿੱਸਿਆਂ ਦੇ ਵਿੱਚ ਆਉਂਦਾ ਜਿਨ੍ਹਾਂ ਦੇ ਵਿੱਚ ਜਿਹੜਾ ਤਾਸਾ ਸੂਰੀਫਿਊਤੀ ਬਹੁਤ ਹੀ ਘੱਟ ਹੁੰਦਾ ਜੀ ਤੇ ਆਪਣੀ ਅਗਲੀ ਖਬਰ ਵੱਲ ਚੱਲਦੇ ਹਾਂ ਜੀ ਹੁਣ ਆਪਾਂ ਰਿਜੂ ਕਲਾਵਰੀਆ ਦੇ ਵਿੱਚ ਪੋਲੀਚੇ ਵੀਰ ਦੇ ਨਾਂ ਦਾ ਇੱਕ ਆਪਰੇਸ਼ਨ ਜੋ ਕਿ ਤਕਰੀਬਨ 4 ਸਾਲ ਤੋਂ ਜ਼ਿਆਦਾ ਲੰਬਾ ਚੱਲ ਰਿਹਾ ਜੀ ਉਹ ਹੁਣ ਸਮਾਪਤ ਹੋ ਗਿਆ ਹੁਣ ਖਤਮ ਹੋ ਗਿਆ ਪੋਲੀਚੇ ਵੀਰ ਦੇ ਅਸੀਂ ਦੇਖਿਆ ਜਾਵੇ ਹਰੇ ਰੰਗ ਦਾ ਅੰਗੂਠਾ ਹਰਾ ਅੰਗੂਠਾ ਕਰੋ ਅੰਗੂਠਾ ਕਰੋ ਜਿੱਦਾਂ ਵੀ ਤੁਹਾਨੂੰ ਠੀਕ ਲੱਗਦਾ ਜੀ ਇਹਦੇ ਵਿੱਚ 10 ਬੰਦੇ ਅਰੈਸਟ ਹੋਏ ਨੇ ਜਿਹਦੇ ਵਿੱਚ ਭੰਗ ਦਾ ਜਿਹੜਾ ਵਪਾਰ ਕਰ ਰਹੇ ਸੀ ਭੰਗ ਦਾ ਖੇਤੀ ਕਰ ਰਹੇ ਸੀ ਤੇ ਭੰਗ ਦਾ ਵਪਾਰ ਕਰ ਰਹੇ ਸੀ 2015 ਦੇ ਵਿੱਚ ਗੁਆਰਤੀ ਦੇ ਫਾਈਨਾਂਸਾਂ ਨੇ ਦੋ ਬੰਦਿਆਂ ਦੀ ਰਿਕਾਰਡਿੰਗ ਕੀਤੀ ਜਿਹੜਾ ਟੈਲੀਫੋਨ ਨੂੰ ਇੰਟਰਚੇਤਾਰੇ ਕਰਦੇ ਸੀ ਉਹਨਾਂ ਦੇ ਨੂੰ ਜਿਹਦੇ ਵਿੱਚ ਦੋ ਬੰਦੇ ਆਸ ਵਿੱਚ ਗੱਲ ਕਰ ਰਹੇ ਸੀ ਕਿ ਉਹਨਾਂ ਨੇ ਨੀਕੋ ਨੂੰ ਫੜ ਲਿਆ ਦੂਜਾ ਬੰਦਾ ਪੁੱਛਦਾ ਕਿ ਕਿਹੜੀ ਪੁਲਿਸ ਕੇਸ ਨੇ ਪੁਲਿਸ ਨੇ ਫੜਿਆ ਜਿਹੜੀ ਸੜਕ ਵਾਲੀ ਸਤਰਾਤ ਵਾਲੇ ਪੁਲਿਸ ਆ ਉਹ ਕਹਿੰਦੇ ਨਹੀਂ ਨਹੀਂ ਇਹ ਸਿਵਲ ਦੇ ਵਿੱਚ ਪੁਲਿਸ ਆਈ ਸੀ ਜਿਨ੍ਹਾਂ ਨੇ ਫੜਿਆ ਸੀ ਇਹ ਸਾਰੀਆਂ ਗੱਲਾਂ ਗਵਾਰਦੀ ਦੀ ਫਾਈਨਾਂਸਾ ਵਾਲੇ ਸੁਣਦੇ ਸੀਗੇ ਪਰ ਫਿਰ ਵੀ ਉਹਨਾਂ ਨੇ ਪੂਰੀ ਗੈਂਗ ਦਾ ਪਰਦਾ ਫਾਸ਼ ਕਰਨ ਲਈ 4 ਸਾਲ ਲੱਗੇ ਉਹਨਾਂ ਨੂੰ ਕਿਉਂਕਿ ਬਹੁਤ ਸਾਰੀਆਂ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਬਹੁਤ ਸਾਰਾ ਕੁਝ ਕਰਨਾ ਪੈਂਦਾ ਤੇ ਇਹ ਜਿਹੜਾ ਭੰਗ ਦਾ ਵਪਾਰ ਸੀ 4 ਸਾਲ ਤੋਂ ਚੱਲ ਰਿਹਾ ਸੀ ਰੰਗੀ ਹੱਥੀਏ ਫੜੇ ਗਏ ਨੇ ਤਕਰੀਬਨ 10 ਬੰਦੇ ਫੜੇ ਗਏ ਜਿਨ੍ਹਾਂ ਦੇ ਵਿੱਚ ਰੋਵਰਟੋ ਬੇਵੀ ਲਾਕਵਾ ਡੋਮੇਨਿਕੋ ਜੀਨੋਵੇਸੇ ਹੋ ਗਿਆ ਕਾਰਮੇਲੋ ਹੋ ਗਿਆ ਗਾਤੋ ਕੋਰਮੇਲੋ ਟੋਮਾਜ਼ੀਨੀ ਤੇ ਇਦਾਂ ਦੇ ਕਾਫੀ ਬੰਦੇ ਸਿਗੇ ਜਿਹੜੇ ਜਾਂ ਫਿਰ ਜੁਜੀਪੇ ਸਿਮੋਨੇ ਜੋ ਕੇ ਕਨੇਡਾ ਦੇ ਵਿੱਚ ਆਪਣਾ ਜਾ ਕੇ ਰਹਿਣ ਲੱਗ ਗਿਆ ਸੀ ਇਹਨਾਂ ਨੇ ਸਾਰੇ ਬੰਦੇ ਜਦੋਂ ਇਕੱਠੇ ਹੋਏ ਤੇ ਇਹਨਾਂ ਨੂੰ 4 ਸਾਲ ਬਾਅਦ ਚੰਗੀ ਤਰ੍ਹਾਂ ਇਹਨਾਂ ਨੂੰ ਚੈੱਕ ਕੀਤਾ ਤੇ ਇਹ ਜਿਹੜਾ ਬਿਜ਼ਨਸ ਸੀ ਸਾਰਾ ਜੋ ਵੀ ਮਾਰੀ ਜਾ ਨਾ ਸਕਾ ਸਾਰਾ ਜ਼ਬਤ ਕਰ ਲਿਆ ਗਿਆ ਜੀ ਤੇ ਹੁਣ ਇਹ 10 ਦੇ 10 ਜੇਲ੍ਹ ਦੇ ਵਿੱਚ ਹੈ ਕਿ ਕਿੰਨੇ ਸਾਲਾਂ ਦੀ ਜੇਲ੍ਹ ਹੋਊਗੀ ਜਿੱਦਾਂ ਇਹਨਾਂ ਨੂੰ ਸਾਡੇ ਕੋਈ ਵੀ ਸਾਨੂੰ ਅਪਡੇਟ ਆਉਂਦਾ ਸੀ ਤੁਹਾਨੂੰ ਇਸ ਬਾਰੇ ਅਪਡੇਟ ਜ਼ਰੂਰ ਕਰਾਂਗੇ ਹਾਂਜੀ ਇਹ ਗੱਲ ਹੈ ਕਿ ਇਟਲੀ 'ਚ ਜਦੋਂ ਵੀ ਕਿਸੇ ਦਾ ਪਤਾ ਲੱਗ ਜਾਂਦਾ ਹੈ ਕਿ ਕੋਈ ਬੰਦਾ ਨਸ਼ਾ ਪੱਤਾ ਵੇਚ ਰਿਹਾ ਜਾਂ ਕੁਝ ਵੀ ਇਦਾਂ ਦੀ ਗੱਲ ਹੈਗੀ ਆ ਉਹ ਉਸੇ ਵੇਲੇ ਉਹਨੂੰ ਨਹੀਂ ਫੜਦੇ ਛੋਟੀ ਮੱਛਲੀ ਨੂੰ ਫੜਨ ਦੀ ਬਜਾਏ ਉਹ ਦੇਖਦੇ ਆ ਕਿ ਸਾਰਾ ਜਿਹੜਾ ਇਹਨਾਂ ਦਾ ਮੇਨ ਬੰਦਾ ਮੇਨ ਬੋਸ ਉਹ ਵੀ ਉਹਨੂੰ ਫੜਿਆ ਜਾਵੇ ਜਿਹੜੀ ਇਹਨਾਂ ਨੇ ਰਿਕਾਰਡਿੰਗ ਕੀਤੀ ਸੀ ਉਹ ਜਿਹੜੇ ਬੰਦੇ ਮੂਰੇ ਸਪਲਾਈ ਕਰਦੇ ਸੀ ਮਾਲ ਉਹਨਾਂ ਦੀ ਹੀ ਬਾਅਦ ਚ ਹੌਲੀ ਹੌਲੀ ਜਿਹੜਾ ਬੰਦਾ ਹੈ ਖੇਤੀ ਹੀ ਕਰ ਰਿਹਾ ਸੀ ਫਿਰ ਇਹਨਾਂ ਨੇ ਉਹਨੂੰ ਵੀ ਨਾਲ ਫੜ ਲਿਆ ਜੀ ਸਲਵਿਨੀ ਨੇ ਲਾਇ ਕੋਨਤੇ ਉਤੇ ਬਹੁਤ ਵੱਡੇ ਵੱਡੇ ਇਲਜ਼ਾਮ ਜਿਹਦੇ ਵਿੱਚ ਉਹਨੇ ਕਿਹਾ ਸੀਨਯੋਰ ਕੋਨਤੇ ਪਰ ਜਿਹੜੇ ਕੋਨ ਸ਼੍ਰੀਮਾਨ ਕੋਨਤੇ ਜੀ ਨੇ ਇੱਕ 부ਜ਼ਾਰ ਤੋਂ ਇੱਕ ਝੂਠਾ ਇਨਸਾਨ ਤੇ ਇਸ ਮੈਮੋਰਾ ਤੋਂ ਇੱਕ ਪੁਲਕੜ ਇਨਸਾਨ ਉਹਨਾਂ ਨੇ ਇੱਕ ਝੂਠਾ ਦੇ ਗਜਨੀ ਟਾਈਪ ਦਾ ਇਨਸਾਨ ਕਿਹਾ ਤੇ ਉਹ ਕਹਿ ਰਹੇ ਨੇ ਕਿ ਜੋ ਵੀ ਮੈਸਾ ਵਾਲੇ ਦੇ ਟੇਬਲ ਦੇ ਉੱਤੇ ਜਿਹੜੀਆਂ ਦੀ ਇਹਨਾਂ ਦੀ ਗੱਲ ਹੋਈ ਹੈ ਯੂਨੀਅਨ ਜਿਹੜਾ ਯੂਰਪ ਦੀ ਯੂਨੀਅਨ ਦੇ ਵਿੱਚ ਇੱਕ ਸੰਸਥਾ ਹੈ ਇੱਕ ਅਸੋਸੀਏਸ਼ਨ ਜੋ ਕਿ ਦੇਖਦੀ ਹੈ ਜੇਕਰ ਕੋਈ ਵੀ ਅਗਰ ਕੋਈ ਵੀ ਦੇਸ਼ ਜਿਆਦਾ ਕਰਜ਼ੇ ਦੇ ਵਿੱਚ ਚਲ ਜਾਂਦਾ ਜਿਆਦਾ ਉਹਦੀ ਸਿਚੁਏਸ਼ਨ ਖਰਾਬ ਹੋ ਜਾਂਦੀ ਹੈ ਜਿਹੜੀ ਆਰਥਿਕ ਸੁਵਿਵਸਥਾ ਤਾਂ ਉਹਨੂੰ ਜਿਹੜਾ ਉਹਦੇ ਵਿੱਚ ਲੋਨ ਮਿਲ ਜਾਂਦਾ ਜਿਹਦੇ ਨਾਲ ਜਿਹੜਾ ਉਸ ਲੋਨ ਦੇ ਨਾਲ ਉਸ ਪੈਸਿਆਂ ਦੇ ਨਾਲ ਸਰਕਾਰ ਕੋਈ ਵੀ ਆਪਣਾ ਦੇਸ਼ ਆਪਣੀ ਜਿਹੜੀ ਸਥਿਤੀ ਹੈ ਉਹਨੂੰ ਠੀਕ ਕਰ ਸਕਦਾ ਹੈ ਤੇ ਹੁਣ ਜਿਹੜੇ ਇਲਜ਼ਾਮ ਲਾਏ ਗਏ ਨੇ ਉਹ ਇਹ ਨੇ ਉਹ ਪੁੱਛ ਰਿਹਾ ਜੀ ਕੌਣ ਤੇ ਜੀ ਨੂੰ ਕਿ ਕੌਣ ਤੇ ਭਈ ਤੂੰ ਦੱਸ ਉੱਥੇ ਜਾ ਕੇ ਗੱਲ ਕੀ ਕਰਕੇ ਆਇਆ ਇਲਜ਼ਾਮ ਹੀ ਲਾਇਆ ਜੀ ਕਹਿੰਦੇ ਕਿ ਕੀ ਤੂੰ ਆਈ ਫੋਰਸਸ ਵੈਂਟੂ ਤੋਂ ਇਹ ਰਿਸਪਾਰਮੀ ਦੇ ਇਟਾਲੀਅਨ ਕਿ ਤੂੰ ਕਿਤੇ ਜਿਹੜੇ ਇਟਾਲੀਅਨ ਦੀਆਂ ਜਿੰਨੀਆਂ ਵੀ ਸੇਵਿੰਗਾਂ ਸੀ ਜੋ ਵੀ ਪੈਸਾ ਸੀ ਕਿਤੇ ਵੇਚਦੇ ਨਹੀਂ ਦਿੱਤਾ ਫਿਲਹਾਲ ਕੋਨਤੇ ਨੇ 10 ਦਸੰਬਰ ਤੱਕ ਦਾ ਟਾਈਮ ਮੰਗਿਆ ਤੇ ਲੇਗਾ ਵਾਲੇ ਉਹਨਾਂ ਦੇ ਸਿਰ ਤੇ ਚੜ ਕੇ ਹੁਣ ਇਸ ਟਾਈਮ ਨੱਚ ਰਹੇ ਨੇ ਤੰਡਵ ਕਰ ਰਹੇ ਨੇ ਤੇ ਕਹਿ ਰਹੇ ਨੇ 20 ਦਿਨ ਦਾ ਟਾਈਮ ਤੁਹਾਨੂੰ ਕੇਸ ਕਿਹੜੇ ਜਵਾਬ ਲੈ ਚਾਹੀਦਾ ਜੇਕਰ ਤੁਹਾਡੇ ਤੁਸੀਂ ਸਹੀ ਹੋ ਤੁਸੀਂ ਸੱਚੀ ਹੋ ਤੁਸੀਂ ਕੁਝ ਨਹੀਂ ਕੀਤਾ ਤਾਂ ਸਾਨੂੰ ਜਵਾਬ ਅੱਜ ਕੱਲ ਦੇ ਵਿੱਚ ਦੋ ਤੇ ਆਪਣੇ ਕੌਂਤੀ ਦੀ ਪਾਰਟੀ ਨੇ ਫਿਲਹਾਲ ਹੁਣ 10 ਦਸੰਬਰ ਤੱਕ ਦਾ ਟਾਈਮ ਲਿਆ ਹੈ ਜੀ ਫਿਲਹਾਲ ਇਹ ਜਿਹੜਾ ਆਪਣਾ ਆਪਣਾ ਸੁਲਬੀਨੀ ਜੀ ਨੇ ਉਹ ਤੂੰ ਇਲਜ਼ਾਮ ਲਾਇਆ ਕਿ ਇਟਾਲੀਅਨ ਤੇ ਜਿਹੜਾ ਜਿਹੜੀਆਂ ਸੇਵਿੰਗਾਂ ਸੀ ਕਿਤੇ ਤੂੰ ਬੇਚਤਨੀ ਦਿੱਤੀਆਂ ਫਿਲਹਾਲ ਇਸ ਜਿਹੜੇ ਇਲਜ਼ਾਮ ਦਾ ਮਤਲਬ ਉਹ ਸਮਝ ਨਹੀਂ ਆਇਆ ਪਰ ਜਿੱਦਾਂ ਹੀ ਕੋਈ ਇਸ ਦਾ ਮਤਲਬ ਸਮਝ ਆਵੇ ਜਿਵੇਂ 10 ਦਸੰਬਰ ਨੂੰ ਸਾਡੇ ਕੋ ਕੋਈ ਅਪਡੇਟ ਆਂਦਾ ਅਸੀਂ ਤੁਹਾਨੂੰ ਜਰੂਰ ਦੱਸਾਂਗੇ ਫਿਲਹਾਲ ਇਸ ਗੱਲ ਤੋਂ ਇਹ ਲੱਗ ਰਿਹਾ ਕਿ ਸ਼ਾਇਦ ਕੋਈ ਬਹੁਤ بڑا ਕਪਲਾ ਦੋ ਨੰਬਰ ਦੇ ਵਿੱਚ ਹੋ ਗਿਆ ਜੀ ਵਿਜੇਨਸਾ ਦੇ ਵਿੱਚ ਜੀ ਇੱਕ ਪੁਲਿਸ ਵਾਲਿਆਂ ਦਾ ਕੁੱਤਾ ਮਰ ਗਿਆ ਰੌਕੀ ਨਾਮ ਦਾ ਕੁੱਤਾ ਸੀ ਜੋ ਕਿ ਪਸਤੂਰੇ ਤੇ ਦੇਸ਼ ਕੋ ਸੀ ਜਿਹੜਾ ਕਾਹਨੇ ਅੰਤਿ ਦਰੋਗਾ ਸੀ ਜੋ ਕਿ ਡਰੱਗਸ ਵਾਲੇ ਜਿਹੜੇ ਡਰੱਗ ਵਾਲੇ ਬੰਦੇ ਹੁੰਦੇ ਜਿਹੜਾ ਸੁੰਘ ਕੇ ਪਤਾ ਕਰ ਲੈਂਦੇ ਇੱਥੇ ਕੋਈ ਨਸ਼ਾ ਪੱਤਾ ਤੇ ਨਹੀਂ ਹੈ ਤੇ ਜਿੱਦਾਂ ਹੀ ਉਹਦੀ ਮੌਤ ਜਿਹੜੀ ਮਰਨ ਦਾ ਪਤਾ ਲੱਗਾ ਤੇ ਉਸ ਕੁੱਤੇ ਦੇ ਨਾਂ ਤੇ ਇੱਕ ਲੈਟਰਾਂ ਦਾ ਪੁਲਿਸ ਵਾਲਿਆਂ ਦੇ ਕੋਲ ਅਤੇ ਉਹ ਲੈਟਰ ਕੌਣ ਲਿਖਦਾ ਜੀ ਉਹ ਲੈਟਰ ਲਿਖਦੇ ਨੇ ਬਤਮਾਸ਼ ਕ੍ਰਿਮੀਨਲ ਬੰਦੇ ਜਿਹੜੇ ਕਿ ਨਸ਼ਾ ਪੱਤਾ ਵੇਚ ਰਹੇ ਨੇ ਲੈਟਰ ਦੀ ਸ਼ੁਰੂਆਤ ਕਿਦਾਂ ਕੀਤੀ ਉਹਨਾਂ ਨੇ ਦੇਖੋ ਜੀ ਸਾਰੇ ਮੋ ਕ੍ਰਿਮੀਨਾਲੀ ਅਸੀਂ ਗੁੰਡੇ ਆ ਸਪਾਚਾਤੋਰੀ ਅਸੀਂ ਨਸ਼ਾ ਪੱਤਾ ਵੇਚਦੇ ਹਾਂ ਡਿਲੀਕਵੈਂਟੀ ਅਸੀਂ ਬਦਮਾਸ਼ ਹਾਂ ਮਾਂ ਅੰਕੇ ਨੂੰ ਹੀ ਪਰ ਅਸੀਂ ਵੀ ਅੱਬੀ ਆਮ ਸੈਂਟੀਮੈਂਟਸ ਸਾਡੇ ਦਿਲ ਵਿੱਚ ਵੀ ਅਹਿਸਾਸ ਨੇ ਅਸੀਂ ਵੀ ਭਾਵਨਾ ਹੈਗੇ ਸਾਡੇ ਵਿੱਚ ਵੀ ਇਮੋਸ਼ਨ ਹੈਗੇ ਨੇ ਇਹ ਲੈਟਰ ਇਹ ਐਸਾ ਆਮ ਲਿਖਿਆ ਨਾ ਰੌਕ ਰੋਕ ਕਿ ਉਹ ਉਹਨਾਂ ਦਾ ਦੁਸ਼ਮਣ ਰੱਖ ਲੋ ਇੱਕ ਦੁਸ਼ਮਣ ਕੋਤਾ ਹੈ ਉਹਨਾਂ ਨੇ ਲਿਖਿਆ ਉਹਦੇ ਲਈ ਲਿਖਿਆ ਗਿਆ ਕਿ ਅਸੀਂ ਤੁਹਾਨੂੰ ਬਹੁਤ ਦੁੱਖ ਹੋਇਆ ਕਿ ਇਹ ਇੱਕ ਇੱਕ ਜਾਨਵਰ ਜਿਹੜਾ ਸੀ ਇਹੋ ਜਰਮਨ ਸ਼ੈਫਟ ਦਾ ਜਿਹੜਾ ਸੀ ਪਸ ਤੋਂੜ ਤੇ ਦੇਸ ਕੋ ਹੁਣ ਨਹੀਂ ਰਿਹਾ ਉਹਨੇ ਸਾਡੇ ਕਾਫੀ ਕਹਿੰਦੇ ਬੰਦੇ ਉਹਨੇ ਫੜੇ ਵੀ ਸੀ ਫੜਾਏ ਵੀ ਸਾਡਾ ਬਹੁਤ ਸਾਰਾ ਸਮਾਨ ਵੀ ਫੜਿਆ ਸੀ ਪਰ ਹੁਣ ਸਾਨੂੰ ਉਸ ਉਸ ਕੁੱਤੇ ਦੀ ਬਹੁਤ ਜਿਆਦਾ ਆਏਗੀ ਤੇ ਆਪਣੇ ਜਿਹੜਾ ਕੀ ਕਹਿੰਦੇ ਹੁੰਦੇ ਜਿਹੜਾ ਲੈਟਰ ਲਿਖਿਆ ਸੀ ਲੈਟਰ ਦੇ ਨਾਲ ਉਹਨਾਂ ਨੇ ਇੱਕ ਛੋਟੀ ਪੂੜੀ ਭੰਗ ਦੀ ਵੀ ਪਾਈ ਸੀ ਕਿ ਉਤੋਂ ਇਹ ਪਤਾ ਲੱਗੇ ਕਿ ਅਸੀਂ ਉਹੀ ਨਸ਼ਾ ਵੇਚਣ ਵਾਲੇ ਬੰਦੇ ਆ ਜਿਨ੍ਹਾਂ ਦੇ ਖਿਲਾਫ ਇਹ ਆ ਕੁੱਤਾ ਉਹਨਾਂ ਦੀ ਹੈਲਪ ਕਰਦਾ ਹੈ ਹੁਣ ਦੇਖੋ ਜੀ ਉਹਨਾਂ ਦਾ ਇਹ ਖੁਸ਼ੀ ਉਹਨਾਂ ਨੇ ਆਪਣੀ ਜ਼ਾਹਿਰ ਕੀਤੀ ਹੈ ਜਾਂ ਦੁੱਖ ਜ਼ਾਹਿਰ ਕੀਤਾ ਹੈ ਇਹ ਤੁਸੀਂ ਕਮੈਂਟ ਵਿੱਚ ਜਰੂਰ ਦੱਸਿਓ ਕਿ ਕਿ ਉਹਨਾਂ ਨੇ ਤੁਹਾਡੇ ਹਿਸਾਬ ਨਾਲ ਜਿਹੜੇ ਨਸ਼ਾ ਵੇਚਣ ਵਾਲੇ ਉਹਨਾਂ ਨੇ ਆਪਣਾ ਕੀ ਜ਼ਾਹਿਰ ਕੀਤਾ ਹੈ ਮਿਲਾਨ ਦੇ ਵਿੱਚ ਇੱਕ ਗੁਆਰ ਦੀ ਜੁਰਾਤਾ ਜੋ ਕਿ ਸਰਕਾਰੀ ਬੰਦੇ ਹੁੰਦੇ ਆ ਜੀ ਗੁਆਰ ਦੀ ਜੁਰਾਤਾ ਜੇ ਇੱਥੇ ਜਿਹੜੀ ਤੁਹਾਨੂੰ ਫੋਟੋ ਇਹਦੇ ਵਿੱਚ ਤੁਹਾਨੂੰ ਆਈਡੀਆ ਲਾ ਦੇਣਾ ਗੁਆਰ ਦੀ ਜੁਰਾਤਾ ਕੀ ਹੁੰਦੀ ਹੈ ਰਾਤ ਦਾ ਟਾਈਮ ਸੀ तकरीबन ਉਹ ਬੰਦਾ ਜਾ ਰਿਹਾ ਸੀ ਤੇ ਉਹਨੇ ਇੱਕ ਮੋਟਰਸਾਈਕਲ ਵਾਲੇ ਨਾਲ ਤਾਂ ਐਕਸੀਡੈਂਟ ਹੋਇਆ ਤੇ तकरीबन ਸਵੇਰ ਦੇ 4 ਵਜੇ ਜਦੋਂ ਮੋਟਰਸਾਈਕਲ ਵਾਲੇ ਬੰਦੇ ਨਾਲ ਤਾਂ ਐਕਸੀਡੈਂਟ ਹੁੰਦਾ ਤੇ ਮੋਟਰਸਾਈਕਲ ਵਾਲੇ ਬੰਦੇ ਦੀ ਕੰਡੀਸ਼ਨ ਨੂੰ ਦੇਖ ਕੇ ਜਦੋਂ ਬੰਦੇ ਦੀ ਕੰਡੀਸ਼ਨ ਦੇਖਦਾ ਤਾਂ ਕੀ ਹਾਲਤ ਆਫ ਸੀ ਤਾਂ ਉਹਦਾ ਜਿਹੜਾ ਦਿਲ ਬਦਲ ਜਾਂਦਾ ਉਹ ਤਾਂ ਉਹਦੇ ਕੋ ਹਾਲਾਤ ਨਹੀਂ ਦੇਖ ਹੁੰਦੇ ਪਈ ਉਹ ਬੰਦੇ ਦੇ ਕੇਸ ਹਾਲ ਨਾਲ ਹਾਲਾਤ ਸੀਗੇ ਤੇ ਉਸ ਤੋਂ ਬਾਅਦ 65 ਸਾਲ ਦਾ ਬੰਦਾ ਸੀ ਜਿਹੜਾ ਮੋਟਰਸਾਈਕਲ ਤੇ ਜਾ ਰਿਹਾ ਸੀ ਉਦੇ ਹਾਲਾਤਾਂ ਨੂੰ ਦੇਖ ਕੇ ਇਸ ਗੁਆਰਡੀਆ ਜੁਰਾਤਾ ਨੇ ਇਸ ਬੰਦੇ ਨੇ ਜਿਹੜਾ ਸੀਗਾ ਆਪਣੇ ਆਪ ਨੂੰ ਪਸ톨 ਕੱਢ ਕੇ ਗੋਲੀ ਮਾਰ ਲਈ ਕਿਉਂਕਿ ਉਹਨੇ ਦੇਖਿਆ ਕਿ ਮੇਰੇ ਕਾਰਨ ਇੱਕ ਬੰਦਾ ਜਿਹਦੀ ਗਲਤੀ ਨਹੀਂ ਸੀ ਉਹ ਇਸ ਟਾਈਮ ਮਰ ਰਿਹਾ ਤੇ ਉਸ ਤੋਂ ਬਾਅਦ ਪੁਲਿਸ ਵਾਲੇ ਪਹੁੰਚਦੇ ਆ 118 ਵਾਲੇ ਜਿਹੜੋਂ ਵੀ ਪਹੁੰਚਦੇ ਆ ਪਰ ਫਿਲਹਾਲ ਦੋਹਾਂ ਲਈ ਕੁਝ ਵੀ ਕਰਨ ਯੋਗ ਨਹੀਂ ਸੀਗਾ ਦੋਹਾਂ ਦੀ ਮੌਤ ਹੋ ਚੁੱਕੀ ਸੀ ਜਿਸ ਟਾਈਮ ਆਪਣੇ ਜਿਹੜੇ ਐਂਬੂਲੈਂਸ ਵਾਲੇ ਪਹੁੰਚਦੇ ਆ ਜੀ ਫਿਰੈਂਸ ਸੇ ਤੋਂ ਅਗਲੀ ਖਬਰ ਆ ਜੀ ਜੇਕਰ ਤੁਹਾਡਾ ਦਿਲ ਨਰਮਾ ਤੁਹਾਡਾ ਦਿਲ ਕੋਮਲਾ ਤੁਸੀਂ ਬਹੁਤ ਸੇਂਟੀ ਸੈਂਟੀ ਹੋ ਜੰਨੇ ਤਾਂ ਆ ਜਿਹੜੀ ਖਬਰ ਆ ਤੁਸੀਂ ਨਾ ਸੁਣੋ तकरीबन 2 ਮਿੰਟ ਵੀਡੀਓ ਨੂੰ ਅੱਗੇ ਨਗਾ ਦਿਓ ਕਿਉਂਕਿ ਇਹ ਖਬਰ ਫਿਰੈਂਸ ਸੇ ਤੋਂ ਜਿੱਥੇ ਇੱਕ ਛੋਟੀ ਬੱਚੀ ਛੋਟੀ ਬੱਚੀ ਜਿਹੜੀ ਦਾ ਹਜੇ ਜਨਮ ਹੀ ਹੋਇਆ ਸੀ ਕੁਝ ਘੰਟਿਆਂ ਦੀ ਬੱਚੀ ਨੂੰ ਬੈਗ ਦੇ ਵਿੱਚ ਰੱਖਿਆ ਗਿਆ ਸੀਗਾ ਤੇ ਉਹ ਜਦੋਂ ਤੱਕ ਉੱਥੇ ਪੁਲਿਸ ਪਹੁੰਚਦੀ ਆ ਜਦੋਂ ਤੱਕ ਉੱਥੇ ਕਿਸੇ ਨੂੰ ਪਤਾ ਲੱਗਦਾ ਉਸ ਬੱਚੇ ਦੀ ਮੌਤ ਹੋ ਜਾਂਦੀ ਹੈ ਤੇ ਪਰ ਉਸ ਤੋਂ ਕੀ ਦੇਖਿਆ ਜਾਂਦਾ ਜੀ ਉਸ ਤੋਂ ਫਿਲਹਾਲ ਉਹ ਬੈਗ ਦੇ ਵਿੱਚ ਬੰਦ ਪਈ ਬੱਚੀ ਨੂੰ ਦੇਖ ਕੇ ਲੱਗਦਾ ਕਿ ਜਿਸ ਨੇ ਵੀ ਉਸ ਬੱਚੀ ਨੂੰ ਛੱਡਿਆ ਸੀ ਉਸ ਟਾਈਮ ਉਹ ਬਹੁਤ ਮਜਬੂਰੀ ਦੇ ਵਿੱਚ ਛੱਡੀ ਗਈ ਸੀ ਪਰ ਉਹਨੂੰ ਉਹਦਾ ਚਿੱਤ ਵੀ ਨਹੀਂ ਕਰ ਸਕਿਆ ਛੱਡਣ ਤੋਂ ਕਿਸ ਹਿਸਾਬ ਨਾਲ ਪਤਾ ਲੱਗ ਜਾਏ ਜੀ ਸਭ ਤੋਂ ਪਹਿਲਾਂ ਜੀ ਉਹ ਜਿਹੜੀ ਲੜਕੀ ਛੋਟਾ ਬੱਚਾ ਹੈ ਜਿਹਨੂੰ ਰੱਖਿਆ ਸੀ ਉਹਦੇ ਉਹਦੇ ਇੱਕ ਸਵੈਟਰ ਪਾਇਆ ਸੀ ਕਾਲੇ ਰੰਗ ਦਾ ਸਵੈਟਰ ਪਾਇਆ ਸੀਗਾ ਤੇ ਉਹਨੂੰ ਇੱਕ ਪੀਲੇ ਰੰਗ ਦੇ ਕੰਬਲ ਦੇ ਵਿੱਚ ਰੱਖਿਆ ਸੀਗਾ ਉਹ ਜਿਹੜਾ ਆਲੇ-ਦੁਆਲੇ ਲਪੇਟਿਆ ਹੋਇਆ ਸੀ ਸਵੈਟਰ ਪਾਇਆ ਸੀਗਾ ਜਿਸ ਬੈਗ ਦੇ ਵਿੱਚ ਰੱਖਿਆ ਸੀ ਬੈਗ ਨੂੰ ਅੱਧਾ ਬੰਦ ਕੀਤਾ ਸੀਗਾ ਤਾਂ ਜੋ ਉਸ ਬੱਚੇ ਨੂੰ ਠੰਡ ਨਾ ਲੱਗੇ ਤੇ ਅੱਦੇ ਬੈਗ ਦੀ ਜਿੱਪ ਖੁੱਲੀ ਰੱਖੀ ਹੋਈ ਸੀ ਤਾਂ ਜੋ ਆਕਸੀਜਨ ਕਰਕੇ ਉਹਦੀ ਮੌਤ ਨਾ ਹੋਵੇ ਉਹਨੂੰ ਸਾਹ ਆਂਦਾ ਰਹੇ ਉਸ ਤੋਂ ਬਾਅਦ ਜਿਹੜਾ ਉਹ ਉਹ ਬੈਗ ਸੀਗਾ ਜੀ ਬੈਗ ਇੱਕ ਫਾਰਮੇਸੀ ਦੇ ਕੋਲ ਜਿੱਥੇ ਪੁਰਾਣੀਆਂ ਦਵਾਈਆਂ ਸਿੱਟੀ ਦੀਆਂ ਹੁੰਦੀਆਂ ਐ ਐਕਸਪਾਇਰ ਕੀਤੀਆਂ ਦਵਾਈਆਂ ਸਿੱਟੀ ਦੀਆਂ ਹੁੰਦੀਆਂ ਉਸ ਫਾਰਮੇਸੀ ਦੇ ਕੋਲ ਰੱਖਿਆ ਸੀਗਾ ਕਿਉਂ ਰੱਖਿਆ ਸੀਗਾ ਕੀ ਫਾਰਮੇਸੀ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਬੰਦਾ ਆਂਦਾ ਤੇ ਇੱਥੇ ਦਵਾਈ ਦੇ ਕੋਲ ਉਹਨੇ ਜ਼ਰੂਰ ਨੰਗਣਾ ਤੇ ਉਹ ਇਹਨੂੰ ਬੱਚੇ ਨੂੰ ਦੇਖੂਗਾ ਆਦੀ ਆਵਾਜ਼ ਸੁਣੂਗਾ ਤੇ ਇਹਨੂੰ ਚੱਕ ਲਊਗਾ ਪਰ ਫਿਲਹਾਲ ਜੀ ਗੱਲ ਕੁਛ ਇਦਾਂ ਹੋਈ ਹੈ ਕਿ ਸਾਰਾ ਦਿਨ ਲੰਘ ਗਿਆ ਪਤਾ ਨਹੀਂ ਕਿੰਨਾ ਟਾਈਮ ਲੰਘ ਗਿਆ ਜੀ ਉਸ ਬੱਚੇ ਦੀ ਉਸ ਬੱਚੀ ਦੀ ਕਿਸੇ ਨੇ ਆਵਾਜ਼ ਨਹੀਂ ਸੁਣੀ ਨਾ ਉਹਨੂੰ ਕਿਸੇ ਨੇ ਰੋਂਦੇ ਸੁਣਿਆ ਤੇ ਉਸ ਬੱਚੇ ਦੀ ਮੌਤ ਹੋ ਗਈ ਹੈ ਜੀ ਤੇ ਸ਼ਾਇਦ ਉਸ ਜਿਸ ਨੇ ਬੱਚੀ ਨੂੰ ਛੱਡਿਆ ਸੀ ਉਹ ਇਹ ਜਰੂਰ ਚਾਹੁੰਦਾ ਹੈ ਕਿ ਸ਼ਾਇਦ ਕੋਈ ਇਹਨੂੰ ਲੱਭੂਗਾ ਤੇ ਲੱਭ ਕੇ ਇਹਨੂੰ ਲੈ ਜਾਊਗਾ ਤੇ ਬਾਅਦ ਚ ਹੌਲੀ 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 ਉਹ ਨੂੰ ਵੱਡੀ ਹੁੰਦੀ ਨੂੰ ਦੇਖੂਗੀ ਪਰ ਫਿਲਹਾਲ ਉਹ ਜਿਹੜੀ ਪੁਲਿਸ ਆ ਇਸ ਟਾਈਮ ਦੇਖ ਰਹੀ ਆ ਜਿਹੜੀਆਂ ਨੇੜੇ ਤੇੜੇ ਦੇ ਵੀਡੀਓ ਕੈਮਰੇ ਆ ਤੇ ਇਹ ਜਿਹੜਾ ਬੱਚਾ ਸੀ ਕੌਣ ਛੱਡ ਕੇ ਗਿਆ ਉਸ ਤੋਂ ਬਾਅਦ ਜਿਹੜਾ ਬੱਚਾ ਛੱਡ ਕੇ ਗਿਆ ਉਹ ਤਾਂ ਪੂਰਾ ਬੰਦਾ ਜਿੱਦਾਂ ਜ਼ਿੰਮੇਵਾਰ ਹੈ ਉਸ ਬੰਦੇ ਦਾ ਕਸੂਰ ਵਾਰਤਾ ਹੈ ਜਿਹੋ ਦਾ ਕਸੂਰ ਹੈ ਪਰ ਜਿਹੜਾ ਬੰਦਾ ਅਗਰ ਕੋਈ ਬੰਦਾ ਉਥੋਂ ਫਾਰਮੇਸੀ ਤੋਂ ਨੇੜੇ ਤੇੜੇ ਉਸ ਟਾਈਮ ਲੰਘਿਆ ਸਗਾ ਤੇ ਉਸ ਨੇ ਬੈਗ ਨੂੰ ਦੇਖ ਕੇ ਛੱਡਿਆ ਤੇ ਇਦਾਂ ਦੀ ਕੋਈ ਵੀ ਵੀਡੀਓ ਆਂਦੀ ਤਾਂ ਉਸ ਬੰਦੇ ਨੂੰ ਵੀ ਬਰਾਬਰ ਸਜ਼ਾ ਮਿਲਣੀ ਹੈ ਕਿਉਂਕਿ ਇਹ ਕਿਸੇ ਬਦਕੀ ਸੇ ਜੇਕਰ ਕਿਸੇ ਬੰਦੇ ਨੇ ਇਦਾਂ ਬੱਚੇ ਨੂੰ ਦੇਖ ਕੇ ਛੱਡਿਆ ਤਾਂ ਉਹ ਵੀ ਪੂਰਾ ਆਪਣਾ ਕਸੂਰਵਾਰਾ ਉਸ ਬੱਚੇ ਦੀ ਮੌਤ ਦਾ ਜਿਹਨੂੰ ਕਿ ਅ ਐਸਾ ਹੋਣਾ ਛੱਡੇਗਾ ਕਿ ਕਾਸ਼ ਮੈਂ ਇਹਨੂੰ ਨਹੀਂ ਰੱਖ ਸਕਦਾ ਜਿਵੇਂ ਇਹਨੂੰ ਨਹੀਂ ਰੱਖ ਸਕਦਾ ਪਰ ਸ਼ਾਇਦ ਕੋਈ ਹੋਰ ਹੋਵੇ ਜਿਹੜਾ ਇਸਨੂੰ ਰੱਖ ਸਕੇ ਐਮਿਲੀਆ ਰੋਮਾਨੀਅਨ ਦੇ ਵਿੱਚ ਸਰਕਾਰ ਮੀਡੀਆ ਵਾਲੇ ਅਖਬਾਰਾਂ ਵਾਲੇ ਸੋਸ਼ਲ ਮੀਡੀਆ ਵਾਲੇ ਨਿਊਜ਼ ਵਾਲੇ ਜਿਆਦਾਤਰ VOTING POOL SYSTEM ਲਾ ਕੇ ਦੇਖਦੇ ਨੇ ਜਾ ਕੇ ਪੁੱਛਦੇ ਨੇ 100 ਬੰਦੇ ਨੂੰ ਪੁੱਛਿਆ 200 ਨੂੰ ਪੁੱਛਿਆ 20 ਨੂੰ ਪੁੱਛਿਆ ਆਈਡੀਆ ਲਾ ਦਿੰਦੇ ਨੇ ਕਿ ਕੌਣ ਬਣੇਗਾ ਤੁਹਾਡਾ CM ਕੌਣ ਬਣੇਗਾ ਇੱਥੇ ਤੁਹਾਡਾ ਪ੍ਰੈਜ਼ੀਡੈਂਟ ਕਿਹਨੂੰ ਬਣਾਣਾ ਚਾਹੁੰਦਾ ਕਿਸ ਪਾਰਟੀ ਨੂੰ ਜਿੱਤਣਾ ਚਾਹੁੰਦਾ ਹਰੋ ਬੰਦੇ ਨੂੰ ਜਾ ਕੇ ਪੁੱਛਦੇ ਨੇ ਤੇ ਉਸ ਉਹ ਸਾਰੀ ਗੱਲਬਾਤ ਦੇ ਵਿੱਚ ਉਹ ਸਾਰੀਆਂ ਗੱਲਾਂ ਦੇ ਵਿੱਚ ਇਹ ਸਾਹਮਣੇ ਕੀ ਆਨਾ ਜੀ 2019 ਦਾ ਇਸ ਟਾਈਮ ਜਿਹੜਾ ਦੇਖੀਏ ਜਿਹੜਾ ਪੀਡੀ ਆ ਜੀ ਪ੍ਰਤੀ ਤੋਂ ਡੈਮੋਕਰੇਟਿਕੋ ਇਸ ਟਾਈਮ 34 ਨੰਬਰ ਚੌਥੀ 34.3 34.3% ਜਿੱਤਣ ਦੀ ਆਸ ਹੈ ਤੇ ਜਿਹੜਾ ਸਲਵਿਨੀ ਦੀ ਪਾਰਟੀ ਆ ਵਾਹਿਗੁਰੂ ਉਹਦੇ ਜਿਹੜੇ ਨੰਬਰ ਆ ਥੋੜੇ ਜਿਹਾ ਘਟ ਗਏ ਆ ਇਸ ਟਾਈਮ ਇਹ ਤਕਰੀਬਨ 31% ਰਹਿ ਗਿਆ ਜਦਕਿ 2019 ਵਿੱਚ ਜਿਹੜੇ ਯੂਰਪ ਦੇ ਇਲੈਕਸ਼ਨ ਹੋਏ ਸੀ ਉਹਦੇ ਵਿੱਚ ਤਕਰੀਬਨ 34% ਤੱਕ ਸੀਗਾ 33.8 ਮੂਵਮੈਂਟੋ ਚਿੰਕੋ ਸਟੈਲੇਜੀ ਉਹ ਹੈ ਤਕਰੀਬਨ 1.5% ਆ ਫਰਾਟੇਲੀ ਦੀ ਇਟਾਲੀਆ 6% ਆ ਫੋਰਥਾ ਇਟਾਲੀਆ 5% ਅਤੇ ਬਾਕੀ ਹੋਰ ਜਿਹੜੇ ਅਲਜਾਦ ਉਮੀਦਵਾਰ ਆ ਤਕਰੀਬਨ 13.5% ਉਹਦਾ ਹੈ। ਇਸ ਟਾਈਮ ਜੀ ਅ ਰੇਜੋਨਾਲ ਜਿਹੜੀ ਹੋਣੇ ਆ ਇਮੀਲੀਆ ਰੋਮਾਨੀਆ ਦੇ ਵਿੱਚ 2020 ਤੇ ਫਿਰ ਜਿਹੜੇ ਹੋਣੇ ਆ 19 11 2019 ਦੇ ਵਿੱਚ ਇਸਟੀਮੇਟ ਲਾਇਆ ਗਿਆ, ਐਸਟੀਮੇਟ ਲਾਇਆ ਗਿਆ। ਉਹਦੇ ਹਿਸਾਬ ਨਾਲ ਇਸ ਟਾਈਮ ਜੇਤੂ ਪਾਰਟੀਆਂ ਜਿਹੜੀਆਂ ਹੈਗੀਆਂ ਜੀ ਪ੍ਰਤੀਤੋ ਡੈਮੋਕਰਾਟੀਕੋ ਤੇ ਲੀਗਾ ਜਿਹੜੀ ਸਲਵਨੀਆ 34% ਪ੍ਰਤੀਤੋ ਡੈਮੋਕਰੇਟਿਕੋ ਤੇ ਲੀਗਾ ਦੀ तकरीबन 30% ਤੱਕ ਆਸ ਹੈਗੀ ਕਿ ਇੰਨੀ ਇਹ ਵੋਟਾਂ ਜਿੱਤ ਸਕਦੀ ਹੈ ਜੀ ਤੁਰਿਨਾ ਦੇ ਵਿੱਚ ਪਰਦਾ ਫਾਸ਼ ਹੋਇਆ ਜੀ ਇੱਕ ਐਸੇ ਗਰੁੱਪ ਦਾ ਜੋ ਕਿ ਡੁਪਲੀਕੇਟ ਸੋਜਨ ਵਾਲੇ ਕਿ ਵੇਚਦੇ ਸੀ ਰੇਟ ਸਗਾ 8000 ਰੁਪਏ ਤੱਕ ਜਾਰਦਰ ਬੰਦੇ ਆਂਦੇ ਸੀ ਇੰਡੀਆ ਤੋਂ ਪਾਕਿਸਤਾਨ ਤੋਂ ਬੰਗਲਾਦੇਸ਼ ਤੋਂ ਸਾਰੇ ਜਿਹੜੇ ਬੰਦੇ ਸੀ ਇਹਨਾਂ ਤਿੰਨ ਘੰਟ ਗਿਆ ਤੋਂ ਹੀ ਜ਼ਿਆਦਾਤਰ ਆਂਦੇ ਸੀਗੇ ਤੇ ਇਹੇ ਜੀ ਤਕਰੀਬਨ ਕੀ ਕਰਦੇ ਸੀ ਬੰਦੇ ਇਹਨਾਂ ਨੇ ਇੱਥੇ ਬੁਲਾਣੇ ਸੀਗੇ ਡੁਪਲੀਕੇਟਸ ਆਪਣੀਆਂ ਮੈਰਜ ਬੇਜ ਜਾਂਦੇ ਡੁਪਲੀਕੇਟ ਬੱਚੇ ਡੁਪਲੀਕੇਟ ਬੱਚੇ ਨਹੀਂ ਜਿਹੜੇ ਫਰਜ਼ੀ ਪੇਪਰ ਬਣਦੇ ਸੀ ਸਾਰੇ ਜਿਹੇ ਡੁਪਲੀਕੇਟ ਪੇਪਰ ਬਣਦੇ ਸੀ ਵਿਆਹ ਮੈਰਜ ਬੇਜ ਤੇ ਜਾਂ ਕੋਈ ਵੀ ਹਿਸਾਬ ਦਾ ਇੱਥੇ ਬੰਦੇ ਲੱਭੇ ਹੁੰਦੇ ਸੀ ਉਹਨਾਂ ਦੇ ਹਿਸਾਬ ਨਾਲ ਇਹ ਉਹਨਾਂ ਨੂੰ ਲੱਭਦੇ ਸੀ ਜਿਹੜੇ ਇੱਥੇ ਤੱਕ ਸਜੂਰ ਨੂੰ ਵੀ ਡੁਪਲੀਕੇਟ ਦਿੰਦੇ ਸੀ ਅਲੋਜੂ ਰੈ residenza ਜੋ ਵੀ ਸੀਗਾ ਰੈਂਟ ਸੈਨ ਕੁਦ ਸਭ ਕੁਝ ਡੁਪਲੀਕੇਟ ਸੀ ਇਹਦੇ ਵਿੱਚ ਇੱਕ ਵਕੀਲ ਵੀ ਸੀ ਜੋ ਕਿ ਸਾਰੇ ਜਿਹੜੇ ਜਿਹੜੇ ਪੇਪਰ ਚਾਹੀਦੇ ਸੀ ਉਹਨਾਂ ਨੂੰ ਆਪਾਂ ਉਹਨਾਂ ਨੂੰ ਮਹਈਆ ਕਰਾਂ ਦੱਸਗਾ ਤੇ ਇਹ ਜਿਹੜਾ ਪਰਦਾ ਫਾਸ਼ੀਸਾ ਉਹਨਾਂ ਹੋਇਆ ਜੀ ਕਿ ਜਿਹੜਾ ਤਕਰੀਬਨ 8-8000 ਰੋ ਤਾਂ ਕਹੇ ਲੈਂਦੇ ਸੀਗੇ ਹਿਸਾਬ ਤਾਂ ਵਿੱਦਾਂ ਹੋਇਆ ਕਿ ਪਿਛਲੇ ਸਾਲ ਇੱਕ ਬੰਗਲਾਦੇਸ਼ੀ ਨੇ ਆਪਣੀ ਭੈਣ ਉਹਦੀ ਉਹਦੇ ਆਪਣਾ ਭੈਣ ਦੇ ਲਈ ਦਰਜਾ ਕੀਤਾ ਐਫ ਆਰ ਦਰਜ ਕੀਤੀ ਪੁਲਿਸ ਵਾਲਿਆਂ ਕੋ ਕਿਉਂਕਿ ਉਹਦੀ ਭੈਣ ਨੂੰ ਉਹਦਾ ਆਦਮੀ ਬਹੁਤ ਕੁੱਟਮਾਰ ਕਰ ਰਿਆ ਸੀ ਕਹਿੰਦਾ ਸੀ ਕਿ ਇੱਕ ਡੁਪਲੀਕੇਟ ਪੇਪਰ ਤਿਆਰ ਕਰਾਂ ਕਿ ਉਹਨਾਂ ਨੇ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਜਾਂ ਬੰਗਲਾਦੇਸ਼ ਤੋਂ ਦੋ ਬੱਚੇ ਮੰਗਾਣੇ ਨੇ ਉਹਦੇ ਨਾਮ ਤੇ ਤੇ ਡੁਪਲੀਕੇਟ ਪੇਪਰਾਂ ਤੇ ਉਹਨੇ ਸਾਈਨ ਕਰਨ ਤੇ ਮਨਾਂ ਕਰਤਾ ਜਿਸ ਕਰਕੇ ਉਸਨੇ ਆਪਣੀ ਘਰ ਵਾਲੀ ਨੂੰ ਬਹੁਤ ਕੁੱਟਿਆ ਸੀਗਾ ਤੇ ਇਸ ਤੋਂ ਬਾਅਦ ਸਾਰੀ ਇਨਕੁਆਇਰੀ ਜਦੋਂ ਸ਼ੁਰੂ ਹੋਈ ਤਾਂ ਪਤਾ ਲੱਗਾ ਕਿ ਇੱਕ ਬਹੁਤ ਵੱਡਾ ਗੈਂਗ ਸੀ ਜਿਹਨੇ ਅੱਜ ਤੱਕ ਬਹੁਤ سارے ਬੰਦੇ ਲਿਆਂਦੇ ਆ ਇਟਲੀ ਤੋਂ ਲਿਆਂਨ ਤੋਂ ਬਾਅਦ ਫਿਰ ਆਪਣੇ ਫਰਾਂਸ ਜਰਮਨ ਵਾਲੇ ਦੁਆਲੇ ਨੂੰ ਬੰਦਿਆਂ ਨੂੰ ਭੇਜ ਦਿੰਦੇ ਸੀ ਇਹ ਸੀ ਜੀ ਅੱਜ ਦੀ ਆਪਣੀ ਲਾਸਟ ਕਵਰ ਉਮੀਦ ਕਰਦੇ ਕਿ ਤੁਹਾਨੂੰ ਸਾਡੀਆਂ ਅੱਜ ਦੀਆਂ ਖਬਰਾਂ ਵੀ ਵਧੀਆ ਲੱਗੀਆਂ ਹੋਣਗੀਆਂ ਜੇ ਤੁਹਾਨੂੰ ਵਧੀਆ ਲੱਗੀਆਂ ਤਾਂ ਸਾਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਕਮੈਂਟ ਜ਼ਰੂਰ ਕਰਕੇ ਦੱਸਿਓ ਜੀ ਚਲੋ ਚੰਗਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਿਲਾਂਗੇ ਅਸੀਂ ਆਪਣੀਆਂ ਕੱਲ ਦੀਆਂ ਖਬਰਾਂ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ